ਨਮਸਕਾਰ ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਨੰਗਲ ਤੋਂ ਜਿੱਥੇ ਕੀ ਨਿਆ ਨੰਗਲ ਦੇ ਸੈਕਟਰ 5 ਦੇ ਵਿੱਚ ਚੋਰਾਬਲੋ ਦਿਨ ਦਿਹਾੜੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਜਿਸ ਦੇ ਵਿੱਚ ਮਿਲੀ ਜਾਣਕਾਰੀ ਦੇ ਮੁਤਾਬਕ ਚੋਰਾਬਲੋ 25 ਤੋਂ 28000 ਰੁਪਏ ਨਕਦੀ ਲੁੱਟ ਲਈ ਗਈ ਹੈ ਤੇ 100 ਡਾਲਰ ਕਨੇਡੀਅਨ 35 ਗ੍ਰਾਮ ਸੋਨਾ ਚੋਰੀ ਕਰਕੇ ਚੋਰ ਦਿੰਦੇ ਆੜੇ ਚਲੇ ਜਾਂਦੇ ਹਨ ਦਰਅਸਲ ਪਰਿਵਾਰਿਕ ਵਿਆਹ ਸ਼ਾਦੀ ਦੇ ਪ੍ਰੋਗਰਾਮ ਉੱਤੇ ਗਿਆ ਹੋਇਆ ਸੀ ਜਿੱਥੇ ਕਿ ਪਿੱਛੇ ਤੋਂ ਆ ਕੇ ਉਹਨਾਂ ਦੇ ਘਰ ਦੇ ਵਿੱਚ ਚੋਰਾਂ ਨੇ ਕਰੀਬ 6 ਤੋਂ 7 ਵਜੇ ਇਸ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਚੋਰ ਘਰ ਦੇ ਵਿੱਚ ਪਿਛਲੀ ਸਾਈਡ ਤੋਂ ਦਾਖਲ ਹੁੰਦੇ ਹਨ ਅਤੇ ਘਰ ਦੇ ਵਿੱਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਸ਼ਰਮ ਨਿਕਲ ਜਾਂਦੇ ਹਨ ਦੱਸ ਦਿੰਦੇ ਆ ਕਿ ਨਿਆਣੰਗਲ ਦੇ ਵਿੱਚ ਇਹ ਚੋਰੀ ਦੀ ਪਹਿਲੀ ਘਟਨਾ ਨਹੀਂ ਸਗੋਂ ਇਸ ਤੋਂ ਪਹਿਲਾਂ ਵੀ ਕਈ ਚੋਰੀ ਦੀਆਂ ਘਟਨਾਵਾਂ ਚੋਰਾਂ ਵੱਲੋਂ ਕੀਤੀਆਂ ਜਾ ਚੁੱਕੀਆਂ ਹਨ ਪਰ ਅਜੇ ਤੱਕ ਪੁਲਿਸ ਵੱਲੋਂ ਕਿਸੇ ਵੀ ਚੋਰ ਨੂੰ ਪਕੜਨ ਦੇ ਵਿੱਚ ਸਫਲਤਾ ਹਾਸਲ ਨਹੀਂ ਹੋਈ ਹੈ ਨੰਗਲ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੇ ਨਾਲ ਬਿੰਦੂ ਖਾਨ ਦੀ ਰਿਪੋਰਟ